Hello students, I'm Dr. Satwinder Kaur, Assistant Professor, Khalsa College, Patiala. In today's lecture, I'm going to teach you monopoly capitalism and imperialism. As we know that in the beginning of capitalism, there exists competition in the market and it is a main feature of the system. And during this process, the productive forces become quite complementary to production relations. So, ki hunda initial phases de vich jadon capitalism grow kar rya hunda ta us stage de vich eh process is tarike nal chaldi hai ki productive forces te production relations ik duje nu sahyog dende hai, complement karde hai ik duje nal. But jive concentration ਤੇ ਸੈਂਟਰਲਾਈਜੇਸ਼ਨ ਕੈਪੀਟਲ ਦੀ ਵੱਧਦੀ ਹੈ, ਸਟਰੋਂਗ ਹੁੰਦੀ ਹੈ. ਕੀ ਹੁੰਦੀ ਹੈ ਕੰਸੈਂਟ੍ਰੇਸ਼ਨ ਤੇ ਸੈਂਟਰਲਾਈਜੇਸ਼ਨ ਆਫ ਕੈਪੀਟਲ, ਮੈਂ ਆਪਣੇ ਇਸੇ ਵੀਡੀਓ ਦੇ ਅੱਗੇ ਪਾਰਟ ਦੇ ਵਿੱਚ ਐਕਸਪਲੇਨ ਕਰਾਂਗੀ. ਸੋ ਜਿਵੇਂ ਜਿਵੇਂ ਕੰਸੈਂਟ੍ਰੇਸ਼ਨ ਤੇ ਸੈਂਟਰਲਾਈਜੇਸ਼ਨ ਆਫ ਕੈਪੀਟਲ ਸਟਰੋਂਗ ਹੁੰਦੀ ਹੈ, ਇਹ ਫ੍ਰੀ ਮਾਰਕੀਟ ਦੇ ਵਿੱਚ, ਜਿਸਨੂੰ ਆਪਾਂ ਪਰਫੈਕਟ ਕੰਪੀਟੀਟਿਵ ਮਾਰਕੀਟ ਬੋਲਦੇ ਹਾਂ, ਉਸਦੇ ਵਿੱਚ ਮੋਨੋਪਲੀ ਕੈਪੀਟਲਿਜ਼ਮ ਦਾ ਜਨਮ ਹੁੰਦਾ. ਸੋ ਲੈਨਿਨ ਤੇ ਹੋਰ ਕਈ ਇਕੋਨੋਮਿਸਟ ਨੇ ਇਸ ਕਨਸੈਪਟ ਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਹਦੇ ਵਿੱਚ ਉਹ ਮੋਨੋਪਲੀ ਕੈਪੀਟਲਿਜ਼ਮ ਨਾਮ ਤੇ 1966 ਦੇ ਵਿੱਚ ਪੌਲ ਬ੍ਰੈਂਡ ਤੇ ਪੀ ਐਮ ਸਵੀਜ਼ੀ ਨੇ ਬਹੁਤ ਅੱਛਾ ਕੰਮ ਕੀਤਾ ਹੋਇਆ, ਜਿਹਨਾਂ ਦੀਆਂ ਬੁੱਕਸ ਵੀ ਤੁਸੀਂ ਰੀਡ ਕਰ ਸਕਦੇ ਹੋ ਇਸ ਟੋਪਿਕ ਨੂੰ ਲੈ ਕੇ. So, Paul Brand and Sweezy of the view that after Second World War, the contradictions and methods which was given by Marx is not applicable or changed or turned into new contradictions and new methods. So, ਤਿੰਨ ਜਿਹੜੇ ਨੇ ਡਿਫਰੈਂਟ ਫੋਰਮਸ ਜਿਹੜੇ ਨੇ ਕਲਾਸ ਰਿਲੇਸ਼ਨਸ਼ਿਪਸ ਦੀ ਅਸੀਂ ਗੱਲ ਕਰਦੇ ਹਾਂ. ਫਸਟ ਫੋਰਮ ਹੈ ਦੈਟ ਇਜ਼ ਅ ਪ੍ਰੋਡਕਸ਼ਨ ਰਿਲੇਸ਼ਨ ਐਂਡ ਫੋਰਸ ਫੋਰ ਦ ਡਿਵੈਲਪਮੈਂਟ ਆਫ ਪ੍ਰੋਡਕਟਿਵ ਫੋਰਸਿਸ. ਸੈਕਿੰਡ ਹੈ ਇਨ ਦ ਸੈਕਿੰਡ ਫੋਰਮ ਦ ਪ੍ਰੋਡਕਸ਼ਨ ਰਿਲੇਸ਼ਨਸ ਬਿਕਮ ਓਬਸਟੈਕਲਸ ਇਨ ਦ ਪ੍ਰੋਸੈਸ ਆਫ ਡਿਵੈਲਪਮੈਂਟ ਆਫ ਪ੍ਰੋਡਕਟਿਵ ਫੋਰਸਿਸ. ਸੋ ਲੁੱਕ, ਪਹਿਲੀ ਸਟੇਜ ਦੇ ਵਿੱਚ ਡਿਵੈਲਪਮੈਂਟ ਹੋ ਰਹੀ ਹੈ, ਦੂਸਰੀ ਦੇ ਵਿੱਚ ਦੋਨੋਂ ਆਪਾਂ ਸਟਾਰਟਿੰਗ ਦੀ ਐਕਸਪਲੇਨ ਕੀਤਾ ਕਿ ਕੰਪਲੀਮੈਂਟ ਕਰਦੇ ਨੇ ਪ੍ਰੋਡਕਸ਼ਨ ਰਿਲੇਸ਼ਨਸ ਪ੍ਰੋਡਕਟਿਵ ਫੋਰਸਿਸ ਨੂੰ. ਜਦੋਂ ਇਹ ਕੰਪਲੀਮੈਂਟ ਕਰਨੇ ਬੰਦ ਹੋ ਜਾਂਦੇ ਨੇ, ਓਬਸਟੈਕਲਸ ਕ੍ਰੀਏਟ ਕਰਨਾ ਸ਼ੁਰੂ ਹੋ ਜਾਂਦੇ ਨੇ, ਤਾਂ ਉਸ ਟਾਈਮ ਦੇ ਉੱਤੇ ਜੋ ਜਿਹੜੀ ਸਟੇਜ ਆ ਜਾਂਦੀ ਹੈ ਉਸਨੂੰ ਆਪਾਂ ਬੋਲਦੇ ਹਾਂ, ਦੈਟ ਇਜ਼ ਕਿ ਮੋਨੋਪਲੀ ਕੈਪੀਟਲਿਜ਼ਮ, ਔਰ ਵੀ ਕੈਨ ਸੇ ਦੈਟ ਕੈਪੀਟਲਿਜ਼ਮ ਜਿਹੜਾ ਹੈ ਗਰੋ ਕਰ ਰਿਹਾ, ਦੈਟ ਇਜ਼ ਟ੍ਰਾਂਸਫੋਰਮਿੰਗ ਇਟ ਸੈਲਫ ਫਰੋਮ ਕੈਪੀਟਲਿਜ਼ਮ ਟੂ ਇਟਸ ਹਾਈਐਸਟ ਸਟੇਜ ਔਰ ਨਿਊ ਸਟੇਜ ਵਿਚ ਇਜ਼ ਨੋਨ ਐਸ ਇੰਪੀਰੀਅਲਿਜ਼ਮ. So Lenin in his book Imperialism, the highest stage of capitalism jehdi hai use vich vi usne explain karan di koshish kiti hai na do stages nu clearly, ki pehli stage jehdi hai oh complementary hai, competition exist kar rahi hai. Dusri stage de vich jive jive 19th century de end vich te 20th century di beginning vich is stage dekhan nu mili hai, jisnu apa monopoly capitalism de naam nal jante hain. So monopoly capitalism ki hai, ਕੁਝ ਫੀਚਰਸ ਦੇ ਉੱਤੇ ਡਿਪੈਂਡ ਕਰਦਾ ਹੈ. ਅਤੇ ਮੋਨੋਪਲੀ ਕੈਪੀਟਲਿਜ਼ਮ ਸਿੰਪਲੀ ਇਹੀ ਹੈ, ਦੈਟ ਇਜ਼ ਕਿ ਪਹਿਲੇ ਮੋਨੋਪਲੀਸ ਨੇ, ਦੈਟ ਇਜ਼ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਜ਼ਿਆਦਾ ਫਰਮਸ ਨੇ, ਪਰ ਉਹਨਾਂ ਦੇ ਵਿੱਚ ਜਿਹੜੀ ਹੈ ਕੈਪੀਟਲ ਦੀ ਕੰਸੈਂਟ੍ਰੇਸ਼ਨ ਹੋ ਰਹੀ ਹੈ. ਪਰ ਜਿਵੇਂ ਜਿਵੇਂ ਡਿਵੈਲਪਮੈਂਟ ਪ੍ਰੋਸੈਸ ਅੱਗੇ ਵੱਧ ਰਹੀ ਹੈ, ਰੇਟ ਆਫ ਪ੍ਰੋਫਿਟ ਨੂੰ ਜ਼ਿਆਦਾ ਤੋਂ ਜ਼ਿਆਦਾ ਅਟੇਨ ਕਰਨ ਦੇ ਲਈ ਕੰਪੀਟੀਸ਼ਨ ਇੰਨਾ ਸੋਲਿਡ ਹੋ ਰਿਹਾ ਹੈ ਕਿ ਉਹਨਾਂ ਦੇ ਵਿੱਚ ਸੈਂਟਰਲਾਈਜੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ. ਬੇਸਿਕ ਫੀਚਰ ਆਫ ਮੋਨੋਪਲੀ ਕੈਪੀਟਲਿਜ਼ਮ ਇਨ ਇੰਪੀਰੀਅਲਿਜ਼ਮ ਆਰ ਐਸ ਫੋਲੋ. ਦ ਫਸਟ ਵਨ ਇਜ਼ ਮੋਨੋਪਲੀ ਕੈਪੀਟਲ ਗਰੋਜ਼ ਆਊਟ ਆਫ ਕੰਸੈਂਟ੍ਰੇਸ਼ਨ ਐਂਡ ਸੈਂਟਰਲਾਈਜੇਸ਼ਨ ਆਫ ਕੈਪੀਟਲ. ਸੋ ਦਿਸ ਇਜ਼ ਮਸਟ. ਮੋਨੋਪਲੀ ਕੈਪੀਟਲਿਜ਼ਮ ਦਾ ਜਨਮ ਹੀ ਦੋ ਕਾਰਨਾਂ ਕਰਕੇ ਹੁੰਦਾ ਹੈ. ਪਹਿਲਾ ਕੰਸੈਂਟ੍ਰੇਸ਼ਨ ਹੋਣਾ ਕੈਪੀਟਲ ਦੀ. ਕੈਪੀਟਲ ਦੀ ਕੰਸੈਂਟ੍ਰੇਸ਼ਨ ਦਾ ਮਤਲਬ ਇਹ ਹੈ ਕਿ ਕੈਪੀਟਲ ਅਕੋਮੋਲੇਸ਼ਨ ਹੋਣੀ, ਕੈਪੀਟਲ ਨੂੰ ਇਕੱਠਾ ਕਰਨਾ, ਤੇ ਉਹ ਇੰਡੀਵਿਜੁਅਲ ਬੇਸਿਸ ਦੇ ਉੱਤੇ ਇਕੱਠੀ ਹੋ ਰਹੀ ਹੈ. ਦੈਟ ਇਜ਼ ਵੈਨ ਈਚ ਕੈਪੀਟਲਿਸਟ ਅਕੋਮੋਲੇਟ ਔਨ ਇੰਡੀਵਿਜੁਅਲ ਬੇਸਿਸ ਔਰ ਇੰਡੀਵਿਜੁਅਲੀ ਇਨ ਦ ਪ੍ਰੋਡਕਸ਼ਨ ਪ੍ਰੋਸੈਸ, ਦ ਕੈਪੀਟਲ ਇਨ ਦ ਹੈਂਡਸ ਆਫ ਈਚ ਕੈਪੀਟਲਿਸਟ ਵਿਲ ਇਨਕਰੀਜ਼. ਸੋ ਡਿਊ ਟੂ ਦਿਸ ਅਕੋਮੋਲੇਸ਼ਨ ਬਾਏ ਕੈਪੀਟਲਿਸਟ, ਦੇਅਰ ਇਜ਼ ਇਨਕਰੀਜ਼ ਇਨ ਦ ਸਕੇਲ ਆਫ ਪ੍ਰੋਡਕਸ਼ਨ. Marx gave this process as done by capitalists is the name of concentration of capital. But it cannot be meant that in the absence of concentration of capital, there cannot be accumulation, because it can be possible that a
accumulation is there, and yet there is decrease in the capital in the hands of individual. So a bada important point hai ki concentration da matlab hai jede individual firms ne capital nu ikattha kar rahe hain apne surplus value de part nu apne profit de part nu use karke capital nu ikattha kita ja raha hai. The concentration of capital is in the first stage of capitalism, means when there is perfect competition and production relations are complementary to productive forces. Next hai, it is the basic determinant of imperialism. What? Monopoly capitalism. So monopoly capital is the basic determinant of imperialism. Imperialism diya tin stages hundiyan ne, jide ch assi pehli stage nu bolde ha monopoly capitalism, second nu bolde ha parasitic capitalism, and third hundi hai moribund capitalism. So first stage jehdi hai enter kardi hai jadon capitalism di, ta oh ik sanu indicator de rahi hai, ik direction de rahi hai ki that is we are moving towards the new system, the highest form of capitalism, which is known as imperialism. Next, the growth of monopoly does not mean the end of competition. Competition itself becomes more acute among big monopolies. So monopoly capitalism, naam to hi clear ho rahe hai, competition ta rahega, but kuch bade businessmans de hath vich hi rahega. That is ki now hun sirf oh upperli layer reh jayegi society de vich, business de vich, jede ki aapas de vich ik dusre nu cutthroat competition de sakte ne. Jede unna de level de utte nahi match karde, mismanagement hai, mismatch karde ne, diseconomies of scale hai, losses bear kar rahe ne, oh sare jede ne business de vich shut down karke, ya jinna nu keh sakde ha ki pichhad jaange, cutthroat competition nu face nahi kar paange, ਉਹਨਾਂ ਨੂੰ ਆਪਣੇ ਜਿਹੜੇ ਨੇ ਪ੍ਰੋਫਿਟ ਨਹੀਂ ਨਜ਼ਰ ਆਣਗੇ ਕੰਪੀਟੀਸ਼ਨ ਦੇ ਕਾਰਨ, ਤੇ ਉਹ ਪਿੱਛੇ ਬੈਕ ਸਟੈਪ ਹੋ ਜਾਣਗੇ ਜਾਂ ਉਹਨਾਂ ਦੀਆਂ ਜਿਹੜੀਆਂ ਐਕਵਾਇਰ ਕੀਤੀਆਂ ਜਾਣਗੀਆਂ ਬਾਈ ਦ ਬਿਗ ਬਿਜ਼ਨਸ ਹਾਊਸਿਸ ਦੇ ਵੱਲੋਂ ਉਹਨਾਂ ਦੇ ਸ਼ੇਅਰਸ ਪਰਚੇਸ ਕਰ ਲਏ ਜਾਂ ਕੋਈ ਵੀ ਮੈਥਡ ਹੋ ਸਕਦਾ, ਤਾਂ ਉਹ ਅਬੋਲਿਸ਼ ਹੋ ਜਾਣਗੇ ਜਾਂ ਉਹ ਸਿਸਟਮ ਦੇ ਵਿੱਚ ਸਸਟੇਨ ਨਹੀਂ ਕਰ ਸਕਣਗੇ. According to Lenin, monopoly capitalism is the first stage of imperialism from three stages given by him. So, I have already explained kar liya. So, is the ek rising monopoly capitalism, there are two reasons to explain kitne already. The first one is concentration of capital. I'm not going to explain this again. That is, next is the centralization of capital. Centralization means the accumulation of that capital which is already in existence. ਹੁਣ ਇਹਦੇ ਵਿੱਚ ਕੀ ਹੋਏਗਾ ਕਿ ਜਿਹੜਾ ਸਟਰਗਲ ਚੱਲ ਰਿਹਾ ਸੀ ਕੰਸੈਂਟ੍ਰੇਸ਼ਨ ਦੇ ਵਿੱਚ, ਤਾਂ ਹਰ ਇੰਡੀਵਿਜੁਅਲ ਨੇ, ਚਾਹੇ ਉਹ ਸਮਾਲ ਫਰਮ ਹੈ ਚਾਹੇ ਉਹ ਲਾਰਜ ਫਰਮ ਹੈ, ਸਾਰਿਆਂ ਨੇ ਆਪਣਾ ਜਿਹੜਾ ਹੈ ਕੈਪੀਟਲ ਨੂੰ ਕੋਮੂਲੇਟ ਕਰਨਾ ਸ਼ੁਰੂ ਕਰਤਾ. ਉਹ ਹੋ ਗਈ ਕੰਸੈਂਟ੍ਰੇਸ਼ਨ. ਸੈਂਟਰਲਾਈਜੇਸ਼ਨ ਦੇ ਵਿੱਚ ਜਿਹੜੀ ਸਮਾਲ ਫਰਮਸ ਨੇ, ਲਾਰਜ ਫਰਮਸ ਨੇ, ਸਾਰਿਆਂ ਨੇ ਕੈਪੀਟਲ ਨੂੰ ਅਕੋਮੂਲੇਟ ਕੀਤਾ, ਉਹਨਾਂ ਦੇ ਵਿੱਚੋਂ ਹੁਣ ਸਟਰਗਲ ਹੋਏਗਾ. ਉਹਨਾਂ ਦੇ ਵਿੱਚ ਐਡਵਾਂਟੇਜ ਸਿਰਫ ਉਸਨੂੰ ਮਿਲੇਗੀ ਜਿਸ ਦੇ ਵਿੱਚ ਇਕੋਨਮੀਜ਼ ਆਫ ਸਕੇਲ ਨੇ, ਜਿਸਦਾ ਦਿਮਾਗ ਹੈ, ਜਾਂ ਜਿਸ ਨੂੰ ਆਪਾਂ ਬੋਲ ਸਕਦੇ ਹਾਂ ਕਿ ਓਨਲੀ ਐਡਵਾਂਟੇਜ ਵਿਲ ਬੀ ਗਿਵਨ ਟੂ ਦ ਲਾਰਜ ਫਰਮਸ. ਅਲਟੀਮੇਟਲੀ ਦ ਲਾਰਜ ਫਰਮਸ ਬਿਕਮ ਲਾਰਜਰ ਇਨ ਕੈਪੀਟਲ ਬਾਈ ਪ੍ਰੋਸੈਸ ਆਫ ਮਿਕਸਿੰਗ ਆਫ ਸਮਾਲ ਫਰਮਸ, ਜਿਸ ਨੂੰ ਮੈਰਿਜ ਵੀ ਬੋਲ ਸਕਦੇ ਹਾਂ, ਸੋਰੀ ਮਰਜਰ ਵੀ ਬੋਲ ਸਕਦੇ ਹਾਂ ਕਿ ਸਮਾਲ ਫਰਮਸ ਨੂੰ ਮਰਜ ਕਰ ਲਿਆ, ਖਾ ਲਿਆ ਵੀ ਕਹਿ ਸਕਦੇ ਹਾਂ ਕਿ ਆਪਾਂ ਕਿ ਦੈਟ ਇਜ਼ ਸਵੈਲੋ ਕਰ ਲਿਆ ਸਮਾਲ ਫਰਮਸ ਨੂੰ ਲਾਰਜ ਫਰਮਸ ਨੇ, ਵਿਚ ਆਰ ਡਿਫੀਟਿਡ ਇਨ ਦ ਰੇਸ ਆਫ ਕੰਪੀਟੀਸ਼ਨ. ਦਿਸ ਇਜ਼ ਕਾਲਡ ਸੈਂਟਰਲਾਈਜੇਸ਼ਨ ਆਫ ਕੈਪੀਟਲ. It is worth noting that increase in the share of capital in the hands of one capitalist may cause to decrease the share in the hands of several other capitalists. Ho sakta hai ki ek capitalist jo agge vadh reha hai, upar ja reha hai, usda karan kahi dooje capitalist jehde ne unna di haar hoye, unna di defeat hoye. So the main cause of concentration is that the big capitalist firms sell their projects in the market at a very cheap rate. Then the small producer, as a result, jede small producers ne, they are not able to compete. So merger jeda hai hona shuru ho jayega, which will give birth to centralization of capital.
Now there are so many types of this monopoly capitalism, that is how centralization takes place. So I will like to explain this. There are basically four. The first one is corporations, second one is cartels, third one is trust, and fourth one is mergers. I pardon again. Types of monopoly capital is a char points ne ki kis tarike de naal monopoly capital jehdi hai centralization ya monopoly capitalism jehdi hai janam lendi hai birth lendi hai. So first method hai corporations. Marx recognized corporation as an essential instrument of centralization. So jadon bhi corporations kam kar diyan ne kyunki large scale hai individual capital daily sustain karna jehda hai oh possible nahi hunda ya toughest competition milda. So capital is here directly turn into the form of social capital. Sometimes eh vi cheez dekhan nu mildi hai ki jadon capital jehdi hai social capital public ownership de under kam kardi hai taan vi jehdi hai monopoly capitalism nu janm dinda. This is a kind of case where there is no private property or there is abolition of private property. This is a case of basically we can say jide vich assi gal karde ha primitive socialist accumulation di. So eh us de vich vi ik part hai. So eh jehda hai social enterprises di form le sakta hai. Next hai the transformation of the actually functioning capitalist into a mere in the form of manager, administrators and other people's capital, and of the owners of capital into mere owners, mere money and capitalist. So is tarah di transformation vi dekhan nu mildi hai ki capitalist manager ban jaye ya administrator ban jaye te owner capitalist ban jaye. So koi kise vi tarah di transformation ho sakdi hai capitalist system de vich jehdi ki monopoly capital nu janam de sakdi hai. Next, a very famous one, that is cartels. The final stage in the development of capital comes with the formation of combination which have the goal of controlling competition. So cartels ase microeconomics se part vich bahut achhi tarah pad lene ha ki cartels ki hunde ne, that is ki cartel jehde ne oh secret agreements hunde ne sometimes jehde ne jehde firms pa de agreement vich chaliyan jandiyan ne taaki unhan nu ik threat hunda hai ki naviyan firms enter na kar sakan, ta is threat nu possible threat nu rokan de layi oh ik cartel बना लैंदियां ने एग्रीमेंट कर लैंदियां ने ते ओ कार्टल दे रूल सारे आपस विच फॉलो करते ने ते उसका मेन एम यह हुंदा है कि ओनली वी विल सरवाइव एंड वी कैन स्टॉप द कट थ्रोट कॉम्पिटिशन और वी कैन स्टॉप द एंट्रेंस ऑफ न्यू फर्म्स इन द कॉम्पिटिशन. सो ये भी एक फॉर्म है जिस दे नाल इस विच असी कई तरह के माइक्रो इकोनॉमिक्स क्लीयरली इसको पढ़ लें क्योंकि ओलिगोपली दी टाइप्स के असी पढ़ लें कलूजिव ओलिगोपली नॉन कलूजिव ओलिगोपली उस विच कार्टल्स में बहुत अच्छी तरीके दे नाल एक्सप्लेन किया जाता है कि कार्टल्स केड़े तरह के ने. वन इज द मार्केट शेयरिंग कार्टल, ज्वाइंट प्रॉफिट मैक्सीमाइजेशन कार्टल. सो यू कैन रीड इन डिटेल इफ यू वॉन्ट टू go for this. You can read the books of Cotsanias or HL Ahuja. Unna de vich kafi acche tarike de naal explain kita hoya isnu, tusi usnu read kar sakte ho. So cartels vi ik form hai jide vich jede business houses ne firms ne oh ਇੱਕ ਐਗਰੀਮੈਂਟ ਕਰਕੇ ਆਪਸ ਇਹ ਜ਼ਿਆਦਾਤਰ ਕਿਹਾ ਜਾਂਦਾ ਕਿ ਸੀਕ੍ਰੇਟ ਐਗਰੀਮੈਂਟਸ ਹੁੰਦੇ ਨੇ, ਹਿਡਨ ਐਗਰੀਮੈਂਟਸ ਹੁੰਦੇ ਨੇ, ਆਫੀਸ਼ੀਅਲ ਨਹੀਂ ਹੁੰਦੇ ਕਿਉਂਕਿ ਮੋਸਟ ਆਫ ਦ ਕੰਟਰੀਜ਼ ਹੈਜ਼ ਬੈਂਡ ਸੱਚ ਕਾਈਂਡ ਆਫ ਐਗਰੀਮੈਂਟਸ. ਸੋ ਇਹ ਵੀ ਇੱਕ ਫੋਰਮ ਹੈ ਜਿਸ ਦੇ ਨਾਲ ਮਨੋਪਲੀ ਕੁਝ ਕੁ ਹੱਥਾਂ ਤੱਕ ਹੀ ਸੀਮਿਤ ਰਹਿ ਜਾਂਦੀ ਹੈ. ਨੈਕਸਟ ਹੈ ਟਰੱਸਟਸ. ਦਿਸ ਇਜ਼ ਦ ਸਟਰੋਂਗੈਸਟ ਫੋਰਮ ਐਜ ਕੰਪੇਅਰ ਟੂ ਕਾਰਟਲਸ ਐਂਡ ਕਾਰਪੋਰੇਸ਼ਨਸ. सो अंडर दिस की हुंदा कि इंडिपेंडेंट कॉरपोरेशन्स जिहड़ियां ने सारियां ज्वाइंट हो जांदियां ने, सारियां नहीं काफ़ी अ मेजोरिटी ऑफ इंडिपेंडेंट फर्म्स विल ज्वाइन, इंडिपेंडेंट कॉरपोरेशन्स विल ज्वाइन टुगेदर एंड फॉर्म अ ग्रुप ऑफ ट्रस्टीज विच एक्सचेंज फॉर ट्रस्ट सर्टिफिकेट्स. एक दूजे नाल ट्रस्ट सर्टिफिकेट जिहड़ा है वह शेयर कर दियां ने ते एक दूजे नूं वो अपने एक दूजे नूं अपने दैट इज फेवर च लैंदियां ने एक दूजे नूं कि असी वी आर टूगेदर एंड वी विल नॉट ब्रेक द रूल्स ऑफ दिस ट्रस्ट
ਵੀ ਵਿਲ ਬੀ ਓਨੈਸਟ ਵਿਦ ਈਚ ਅਦਰ, ਤੇ ਇਸ ਤਰੀਕੇ ਦੇ ਨਾਲ ਪੋਲਿਸੀ ਫੋਰਮ ਕਰਕੇ ਜਦੋਂ, ਕਿਉਂਕਿ ਬਹੁਤ ਸਾਰੀਆਂ ਕਾਰਪੋਰੇਸ਼ਨ ਇਕੱਠੀਆਂ ਹੋ ਗਈਆਂ ਤਾਂ ਉਹਨਾਂ ਦਾ ਇਕੋਨਮੀਜ਼ ਆਫ ਸਕੇਲ ਓਪਰੇਟ ਹੋਏਗਾ, ਕਿਉਂਕਿ ਉਹ ਹੁਣ ਇਕੱਠੀਆਂ ਹੋ ਕੇ ਯੂਨਾਈਟਿਡ ਹੋ ਕੇ ਕੰਮ ਕਰ ਰਹੀਆਂ ਨੇ, ਦੇ ਆਰ ਨਾਓ ਵਨ ਐਂਡ ਦੇ ਕੈਨ ਗਿਵ ਅ ਸਟਰੋਂਗ ਸੋਲਿਡ ਕੰਪੀਟੀਸ਼ਨ ਟੂ ਅਦਰ ਨਿਊ ਫਰਮਸ ਇਨ ਦਾ ਮਾਰਕੀਟ. ਸੋ ਨੈਕਸਟ ਹੈ ਮਰਜਰਸ. This is also very important. Merger hunda, that is the marriage. ਕੀ ਕੀਤਾ ਜਾਂਦਾ ਜਦੋਂ ਕਿਸੇ ਦੂਸਰੀ ਫਰਮ ਨੂੰ ਆਪਣੇ ਅੰਡਰ ਸਵੈਲੋ ਕਰ ਲਿਆ ਜਾਂਦਾ ਜਾਂ ਆਪਣੇ ਅੰਡਰ ਲੈ ਲਿਆ ਜਾਂਦਾ ਕਿਸੇ ਵੱਡੀ ਫਰਮ ਦੇ ਵਿੱਚ. ਤੁਸੀਂ ਫਿਲਮਾਂ ਵਿੱਚ ਆਮ ਤੌਰ 'ਤੇ ਇਹ ਚੀਜ਼ ਦੇਖਦੇ ਹੋ ਕਿ ਕਈ ਵਾਰ ਕੋਈ ਸੀਰੀਅਲ ਆ ਰਿਹਾ ਹੁੰਦਾ ਤਾਂ ਉਹਦੇ ਵਿੱਚ ਇਹ ਬੋਲ ਦਿੰਦੇ ਆ ਕਿ ਐਕਸ ਫਰਮ ਨੇ ਵਾਈ ਫਰਮ ਦੀਆਂ ਜਿਹੜੀਆਂ ਨੇ ਉਹ ਇੰਨੇ ਪਰਸੈਂਟ ਸ਼ੇਅਰਸ ਜਿਹੜੇ ਨੇ ਲੈ ਲਏ, ਦੈਟ ਇਜ 70% ਔਰ 75% ਸ਼ੇਅਰਸ ਪਰਚੇਸ ਕਰ ਲਏ, ਅਤੇ ਨਾਓ ਦੈਟ ਦੈਟ ਪਰਸਨ ਦੈਟ ਫਰਮ ਬਿਕਮ ਦਾ ਓਨਰ ਆਫ ਓਨਰਸ਼ਿਪ ਰਾਈਟ ਆਫ ਦੈਟ ਫਰਮ. ਸੋ ਇਹ ਵੀ ਇੱਕ ਟਾਈਪ ਹੈ ਜਿਸਦੇ ਵਿੱਚ ਅਸੀਂ ਇੱਕ ਤਾਂ ਹੈ ਮਰਜਰ, ਪ੍ਰੋਪਰਲੀ ਮਰਜ ਕਰ ਲੈਣਾ, ਠੀਕ ਹੈ. ਜਿਵੇਂ ਕਿ ਆਪਾਂ ਗਵਰਨਮੈਂਟ ਸੈਕਟਰ 'ਚ ਦੇਖਦੇ ਹਾਂ ਕਿ ਅਗਰ ਇੱਕ ਬੈਂਕ ਹੈ, ਇੱਕ ਐਗਜ਼ਾਮਪਲ ਦੇ ਤੌਰ 'ਤੇ ਦੱਸ ਰਹੀ ਹਾਂ ਕਿ ਅਗਰ ਕੋਈ ਬੈਂਕ ਹੈ, ਸਮਾਲ ਬੈਂਕ ਹੈ, ਸਮਾਲ ਬੈਂਕ ਦੀ ਫੰਕਸ਼ਨਿੰਗ ਸਹੀ ਕੰਮ ਨਹੀਂ ਕਰ ਰਹੀ ਤਾਂ ਉਸਨੂੰ ਵੱਡੇ ਬੈਂਕ ਦੇ ਵਿੱਚ ਮਰਜ ਕਰ ਦਿੱਤਾ ਜਾਂਦਾ, ਦੈਟ ਇਜ਼ ਉਹ ਦੋਨਾਂ ਨੂੰ ਮਰਜ ਕਰ ਦਿੱਤਾ ਜਾਂਦਾ, ਉਸਦੇ ਅੰਡਰ ਕਰ ਦਿੱਤਾ ਜਾਂਦਾ. ਸੋ ਇਹ ਵੀ ਇੱਕ ਫੋਰਮ ਹੈ. ਇੰਡਸਟਰੀਜ਼ ਦੇ ਵਿੱਚ ਇਹ ਚੀਜ਼ ਹੈ ਕਿ ਸ਼ੇਅਰਸ ਵੀ ਪਰਚੇਸ ਕਰ ਲਿੱਤੇ ਜਾਂਦੇ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਜਿਹੜਾ ਹੈ ਉਹ ਇੱਕ ਫਰਮ ਦੂਜੀ ਫਰਮ ਨੂੰ ਜ਼ਿਆਦਾਤਰ ਵੱਡੀ ਫਰਮ, ਲਾਰਜ ਫਰਮ ਜਾਂ ਓਲਡ ਫਰਮ ਜਿਹੜੀ ਹੈ ਨਿਊ ਫਰਮ ਨੂੰ ਆਪਣੇ ਅੰਦਰ ਲੈ ਸਕਦੀ ਹੈ, ਜਿਸ ਤੋਂ ਕੰਪੀਟੀਸ਼ਨ ਦਾ ਥ੍ਰੈਟ ਹੋਵੇ. ਨਾਓ ਦੇਰ ਆਰ ਲਾਸਟ ਟੂ ਪੁਆਇੰਟਸ ਆਈ ਵੁੱਡ ਲਾਈਕ ਟੂ ਐਕਸਪਲੇਨ ਅੰਡਰ ਮੋਨੋਪੋਲੀ ਕੈਪੀਟਲਿਜ਼ਮ. ਦਾ ਫਸਟ ਵਨ ਇਜ਼ ਦ ਰੋਲ ਆਫ ਦ ਬੈਂਕਸ. ਬਹੁਤ ਵੱਡਾ ਰੋਲ ਹੈ ਬੈਂਕ ਦਾ. ਅਸੀਂ ਕਾਫੀ ਥਿਊਰੀਜ਼ ਵੀ ਆਲਰੇਡੀ ਕਰ ਚੁੱਕੇ ਹਾਂ ਕਿ ਕਦੇ ਵੀ ਡਿਵੈਲਪਮੈਂਟ ਪ੍ਰੋਸੈਸ ਅੱਗੇ ਵੱਧ ਰਹੀ ਹੁੰਦੀ ਹੈ ਤਾਂ ਬੈਂਕ ਦਾ ਬਹੁਤ ਵੱਡਾ ਰੋਲ ਹੁੰਦਾ. ਸੋ ਬੈਂਕ ਪਲੇਜ਼ ਵਾਈਟਲ ਰੋਲ ਇਨ ਮੇਕਿੰਗ ਨਿਊ ਕਾਰਪੋਰੇਸ਼ਨ ਐਂਡ ਮਰਜਰ ਬਿਟਵੀਨ ਦੈਮ. ਕੀ ਹੁੰਦਾ ਕਿ ਬੈਂਕਸ ਜਿਹੜੇ ਨੇ ਪ੍ਰੋਡਿਊਸਰ ਦੇ ਪ੍ਰੋਫਿਟ ਦਾ ਇੱਕ ਮੇਜਰ ਸ਼ੇਅਰ ਜਿਹੜਾ ਹੈ ਉਹ ਬੈਂਕ ਦੇ ਕੋਲ ਜਾਂਦਾ, ਜਾਂ ਅਸੀਂ ਇਹ ਵੀ ਬੋਲ ਸਕਦੇ ਹਾਂ ਦੋਨੋਂ ਇੰਟਰਲਿੰਕਡ ਨੇ. ਅਗਰ ਪ੍ਰੋਡਿਊਸਰ ਨੂੰ ਪੈਸੇ ਦੀ ਜ਼ਰੂਰਤ ਹੈ, ਹੀ ਕੈਨ ਅਪਰੋਚ ਟੂ ਬੈਂਕ. ਅਗਰ ਬੈਂਕ ਦੇ ਕੋਲ ਪੈਸਾ ਆ ਰਿਹਾ, ਦੈਟ ਇਜ਼ ਫਰੋਮ ਦ ਸੇਵਿੰਗਸ ਇਨ ਦ ਫੋਰਮ ਆਫ ਦੈਟ ਇਜ਼ ਵਾਟ ਐਵਰ ਦਾ ਪ੍ਰੋਫਿਟ ਉਹਨੇ ਅਰਨ ਕੀਤਾ, ਕੈਪੀਟਲਿਸਟ ਨੇ, ਪ੍ਰੋਡਿਊਸਰ ਨੇ, ਉਹ ਬੈਂਕ ਦੇ ਵਿੱਚ ਉਹ ਡਿਪੋਜ਼ਿਟ ਕਰਵਾ ਰਿਹਾ, ਤਾਂ ਬੈਂਕ ਨੂੰ ਵੀ ਇੱਕ ਡਾਇਰੈਕਸ਼ਨ ਮਿਲ ਗਈ ਹੈ. ਸੋ ਇਹ ਦੋਨੋਂ ਇੱਕ ਦੂਜੇ ਦੇ ਉੱਤੇ ਇੰਟਰਡਿਪੈਂਡੈਂਟ ਹੈ ਨੇ. ਸੋ ਕੀ ਹੁੰਦਾ ਕਿ ਜਦੋਂ ਕਾਰਪੋਰੇਸ਼ਨ ਜਿਹੜੀਆਂ ਨੇ ਉਹ ਪੋਲਿਸੀਜ਼ ਬਣਾਉਂਦੀਆਂ ਨੇ ਆਪਣੀਆਂ, ਤਾਂ ਉਹਦੇ ਵਿੱਚ ਬੈਂਕ ਦਾ ਇੱਕ ਰੀਪ੍ਰਜੈਂਟੇਟਿਵ ਜਿਹੜਾ ਹੈ ਉਸਦੇ ਵਿੱਚ ਪਾਰਟ ਲੈਂਦਾ, ਜਿਹੜਾ ਕਿ ਉਹਨਾਂ ਦੀ ਪੋਲਿਸੀਜ਼ ਨੂੰ ਇਨਫਲੂਐਂਸ ਵੀ ਕਰਦਾ ਅਤੇ ਉਹਨਾਂ ਨੂੰ ਅਡੋਪਟ ਕਰਨ ਨੂੰ, ਅਪਲਾਈ ਕਰਨ ਨੂੰ ਮੈਥਡ ਵੀ ਦੱਸਦਾ ਕਿ ਇਸਨੂੰ ਕਿਵੇਂ ਅਪਲਾਈ ਕਰਨਾ ਚਾਹੀਦਾ ਅਤੇ ਕਿਸ ਤਰੀਕੇ ਦੇ ਨਾਲ ਕੰਮ ਕਰਨਾ ਚਾਹੀਦਾ. ਸੋ ਦਿਸ ਇਜ਼ ਆਲਸੋ ਦੀ ਫੋਰਮ ਜਿਹਦੇ ਵਿੱਚ ਜਿਹੜਾ ਹੈ ਬੈਂਕ ਦਾ ਬਹੁਤ ਵੱਡਾ ਰੋਲ ਹੁੰਦਾ ਕਿ ਬੈਂਕ ਜਿਹੜਾ ਹੈ ਟਾਈਮ ਆਫਟਰ ਟਾਈਮ ਜਿਹੜਾ ਹੈ ਕਾਰਪੋਰੇਸ਼ਨਸ ਨੂੰ ਗਾਈਡ ਕਰਦਾ ਰਹਿੰਦਾ ਕਿ ਕਿਸ ਤਰੀਕੇ ਦੇ ਨਾਲ ਕੰਮ ਕਰਨਾ ਅਤੇ ਉਹਨਾਂ ਦੀ ਹੈਲਪ ਵੀ ਕਰਦਾ. ਸੋ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਜਿਹੜੀਆਂ ਨੇ ਇਨਸੈਂਟਿਵਸ ਵੀ ਪ੍ਰੋਵਾਈਡ ਕਰਦਾ, ਕਈ ਤਰ੍ਹਾਂ ਦੀ ਜਿਹਨੂੰ ਆਪਾਂ ਬੋਲ ਸਕਦੇ ਹਾਂ ਏਡ ਵੀ ਪ੍ਰੋਵਾਈਡ ਕਰਦਾ, ਦੈਟ ਇਜ਼ ਲੋਅ ਰੇਟ ਆਫ ਇੰਟਰਸਟ ਚਾਰਜ ਕਰ ਦੇਣਾ ਜਾਂ ਕੋਈ ਵੀ ਤਰ੍ਹਾਂ ਦੀ ਉਹਨਾਂ ਨੂੰ ਗਾਈਡੈਂਸ ਦੇਣਾ ਰਿਲੇਟਿਡ ਟੂ ਬਿਜ਼ਨਸ. ਅਨਦਰ ਡਿਵੈਲਪਮੈਂਟ ਟੇਕ ਪਲੇਸ ਇਜ਼ ਦ ਮਰਜਰ ਆਫ ਦ ਬੈਂਕ ਕੈਪੀਟਲ ਵਿਦ ਦ ਇੰਡਸਟਰੀਅਲ ਕੈਪੀਟਲ. ਸੋ ਦਿਸ ਇਜ਼ ਵੈਰੀ ਇੰਪੋਰਟੈਂਟ. ਕੀ ਹੁੰਦਾ ਕਿ ਫਾਈਨੈਂਸ ਕੈਪੀਟਲ ਬੋਲਦੇ ਨੇ ਇਸਨੂੰ, ਜਦੋਂ ਬੈਂਕ ਕੈਪੀਟਲ ਜਿਹੜੀ ਹੈ ਇੰਡਸਟਰੀਅਲ ਕੈਪੀਟਲ ਦੇ ਨਾਲ ਮਿਲ ਜਾਂਦੀ ਹੈ. ਦਿਸ ਇਜ਼ ਦਾ ਨਿਊ ਕੋਨਸੈਪਟ ਵੈਨ ਦ ਈਰਾ ਆਫ ਫਾਈਨੈਂਸ ਕੈਪੀਟਲ ਡਿਵੈਲਪਸ. ਬੈਂਕਸ ਯੀਲਡ ਦੇਅਰ ਇਨਫਲੂਐਂਸ ਔਨ ਇੰਡਸਟਰੀਜ਼ ਐਂਡ ਇੰਡਸਟਰੀਜ਼ ਦੇਅਰ ਇਨਫਲੂਐਂਸ ਔਨ ਬੈਂਕਸ. ਦੋਨੋਂ ਇੰਟਰ ਰਿਲੇਟਿਡ ਹੋ ਜਾਂਦੇ ਨੇ. ਜਿਹੜੀਆਂ ਬੈਂਕ ਕੈਪੀਟਲ ਅਤੇ ਇੰਡਸਟਰੀਅਲ ਕੈਪੀਟਲ ਦਾ ਜਦੋਂ ਮਰਜਰ ਹੁੰਦਾ, ਦੈਟ ਇਜ਼ ਦੋਨੋਂ ਫਾਈਨੈਂਸ ਕੈਪੀਟਲ 'ਚ ਤਬਦੀਲ ਹੋ ਜਾਂਦੇ ਨੇ, ਤਾਂ ਇਹ ਦੋਨੋਂ ਹੀ ਇੱਕ ਦੂਜੇ ਲਈ ਕੰਪਲੀਮੈਂਟਰੀ ਰੋਲ ਪਲੇ ਕਰਦੇ ਨੇ. ਬੈਂਕ ਵਿਲ ਇਨਫਲੂਐਂਸ ਐਂਡ ਹੈਲਪ ਦਾ ਇੰਡਸਟਰੀਜ਼ ਐਂਡ ਇੰਡਸਟਰੀਜ਼ ਵਿਲ ਇਨਫਲੂਐਂਸ ਐਂਡ ਹੈਲਪ ਦਾ ਬੈਂਕਸ. ਸੋ ਲਾਸਟ ਬਟ ਨਾਟ ਦ ਲੀਸਟ, ਦ ਕੈਪੀਟਲ ਐਕਸਪੋਰਟ ਵਿਚ ਇਜ਼ ਵੈਰੀ ਇੰਪੋਰਟੈਂਟ ਫੋਰ ਮੋਨੋਪੋਲੀ ਕੈਪੀਟਲ. ਓਇੰਗ ਟੂ ਦ ਅਬੰਡੈਂਸ ਆਫ ਦ ਮੋਨੋਪੋਲੀ ਕੈਪੀਟਲ ਐਂਡ ਲੈਕ ਆਫ ਡੋਮੈਸਟਿਕ ਇਨਵੈਸਟਮੈਂਟ ਓਪਰਚੁਨਿਟੀ, ਕੈਪੀਟਲ ਇਜ਼ ਐਕਸਪੋਰਟਿਡ ਟੂ ਫੋਰਨ ਕੰਟਰੀਜ਼. ਸੋ ਦਿਸ ਇਜ਼ ਵੈਰੀ ਇੰਪੋਰਟੈਂਟ ਕਿ ਜਦੋਂ ਵੀ ਦੇਖਦਾ ਹੈ ਕੈਪੀਟਲਿਸਟ ਬਹੁਤ ਸਕੀਮੀ ਬੰਦਾ ਹੁੰਦਾ,
ਸੋ ਪ੍ਰੋਡਿਊਸਰ ਜਿਹੜਾ ਹੈ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਵੇ ਆਊਟ ਲੱਭ ਹੀ ਲੈਂਦਾ ਜਦੋਂ ਉਸਨੂੰ ਪ੍ਰੋਫਿਟ ਨਹੀਂ ਹੁੰਦਾ ਜਾਂ ਪ੍ਰੋਫਿਟ ਦੇਖਦਾ ਕਿ ਉਸਨੂੰ ਹੁਣ ਨਵੀਂ ਮਾਰਕੀਟ ਦੀ ਜ਼ਰੂਰਤ ਹੈ ਜਾਂ ਉਸਦੀ ਕੈਪੀਟਲ ਦੀ ਇਨਵੈਸਟਮੈਂਟ ਦੀ ਜ਼ਰੂਰਤ ਹੈ ਤਾਂ ਉਸਦੇ ਲਈ ਇੱਕ ਬਹੁਤ ਵੱਡਾ ਆਪਸ਼ਨ ਹੁੰਦਾ ਦੈਟ ਇਜ਼ ਹੀ ਕੈਨ ਐਕਸਪੋਰਟ ਦਾ ਕੈਪੀਟਲ ਦੈਟ ਇਜ਼ ਟੂ ਅਦਰ ਕੰਟਰੀਜ਼ The big enterprises start export their capital either physically or by establishment of plant